ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ? ਇੰਨੇ ਦਿਨਾਂ ਬਾਅਦ ਲਾਈਵ ਹੋਇਆ, ਹੁਣ ਪਤਾ ਨੀ ਗਾ ਇਹ ਵੀ ਚੱਲ ਪਿਆ। ਲਾਈਵ ਤਾਂ ਚੱਲ ਰਿਹਾ ਨਾ? ਅੱਛਾ, ਗੁੱਠੇ ਵਾਲਾ ਡਿੰਗ ਠਾਕ ਡਿੰਗ ਠਾਕ ਦਿੜ ਦਿਨ। ਲਓ ਜੀ, ਚੱਲ ਪਿਆ ਲਾਈਵ ਤੇ ਸਾਡੀ ਸ਼ਕਲ ਤੇ ਨਾ ਜਾਇਓ ਸਾਡੇ ਬਹੁਤ। ਆ ਦੇਖੋ ਇਹ ਹਾਲ ਲੈਣਾ ਪੈ ਗਈਆਂ ਮੇਰੇ। ਟੈਨਿੰਗ ਹੈ ਜੀ, ਸੂਬੇਦਾਰ ਜੋਗਿੰਦਰ ਸਿੰਘ ਦੀ ਸ਼ੂਟਿੰਗ ਹੈ ਜਿਹੜੀ, ਉਹ ਦਰਾਸ ਚੱਲਦੀ ਆ। ਦਰਾਸ ਕਾਰਗਿਲ ਤੋਂ ਉੱਤੇ ਆ ਜੀ ਜਾ ਕੇ, ਤੇ ਉੱਥੇ ਧੁੱਪ ਬੜੀ ਖਤਰਨਾਕ ਹੈ ਤੇ ਠੰਡ ਮਾਈਨਸ 'ਚ ਹੈ ਤੇ ਅਜੀਬ ਜਿਹਾ ਮਾਹੌਲ ਹੈ ਉੱਥੇ। ਉਹਦੇ ਕਰਕੇ ਇਹ ਸ਼ਕਲਾਂ ਵਕਲਾਂ ਇੱਧਰ ਦੀਆਂ ਹੋ ਗਈਆਂ ਥੋੜ੍ਹੀਆਂ ਜਿਹੀਆਂ ਸਾਡੀਆਂ। ਬਾਕੀ ਅੱਜ ਲਾਈਵ ਇਸ ਲਈ ਹੋਏ ਆ ਵੀ ਤੁਹਾਨੂੰ ਖੁੱਲ੍ਹਾ ਸੱਦਾ ਦੇ ਸਕੀਏ। ਪਿੰਡ ਕੂਮ ਕਲਾਂ ਮੇਰਾ ਪਿੰਡ ਆ ਜੀ ਜਿਹੜਾ, ਅੱਜ ਉੱਥੇ ਟੂਰਨਾਮੈਂਟ ਹੈ ਤੇ ਹੁਣ ਸ਼ਾਮ ਨੂੰ ਪ੍ਰੋਗਰਾਮ ਹੈ ਜੀ ਰੰਗਾ ਰੰਗ, ਤੇ ਜਿਹਦੇ 'ਚ ਬਹੁਤ ਸਾਰੇ ਕਲਾਕਾਰ ਵੀਰ ਸਾਡੇ ਪਹੁੰਚ ਰਹੇ ਨੇ। ਮੱਥਾ ਟੇਕ ਲਈ ਜੀ, ਇੱਕ ਸੈਕਿੰਡ, ਗੁਰਦੁਆਰਾ ਸਾਹਿਬ ਆ ਗਿਆ। ਹਾਂਜੀ, ਤੇ ਉੱਥੇ ਕਾਫੀ ਵੀਰਾਂ ਨੇ ਅੱਜ ਪਹੁੰਚਣਾ ਤੇ ਸਾਰਿਆਂ ਵੱਲੋਂ ਮੈਂ ਤੁਹਾਨੂੰ ਖੁੱਲ੍ਹਾ ਸੱਦਾ ਦਿੰਦਾ ਵੀ ਤੁਸੀਂ ਪਹੁੰਚੋ ਜੀ, ਤੇ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਨਹੀਂ, 4 ਵਜੇ ਨੇ, 5 ਵਜੇ ਸ਼ੁਰੂ ਕਰ ਦਾਂਗੇ, 5 ਜਾਂ 5:15 ਵਜੇ ਪ੍ਰੋਗਰਾਮ। ਅਤੇ ਸਾਰੀ ਜਾਂ ਤਾਂ ਪਾਰਟੀ ਇੱਧਰੋਂ ਖੱਬਿਓ ਸੱਜਿਓ ਹੋ ਕੇ ਪਹੁੰਚ ਰਹੇ ਨੇ। ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ ਅਤੇ ਮਣਕੀ ਰਤ ਔਲਖ, ਹੈਪੀ ਰਾਏ ਕੋਟੀ ਸਾਹਿਬ, ਬੋਲੀ ਜੀ ਅਤੇ ਮਾਨ ਸਾਹਿਬ ਅਤੇ ਹੋਰ ਕੌਣ ਕੌਣ, ਅੰਮ੍ਰਿਤਮਾਨ ਅਤੇ ਜਗੀ ਸਿੰਘ ਵੀ ਨਾਲ ਬੈਠੇ ਹਨ। ਪਾਨਾ ਐਲੇ ਦਾ ਪਹਿਲਾਂ, ਹਾਂ ਰੋਸ਼ਨ ਪ੍ਰਿੰਸ, ਕਰਮਜੀਤ ਬੁਨਮੋਲ ਵੀ ਪਹੁੰਚ ਰਿਹਾ, ਜਾਨੀ ਪਹੁੰਚ ਰਿਹਾ, ਮਨਿੰਦਰ ਪੁੱਟਰ ਪਹੁੰਚ ਰਿਹਾ, ਗੁਰੀ ਪਹੁੰਚ ਰਿਹਾ। ਸੋ ਸਾਰੇ ਕਲਾਕਾਰ, ਬਹੁਤ ਰੌਣਕ ਮੇਲਾ ਲੱਗੂਗਾ ਜੀ, ਇੰਜੋਏ ਕਰਾਂਗੇ, ਕਿਉਂਕਿ ਆਹ ਖੁੱਲ੍ਹਾ ਅਖਾੜਾ ਹੈ ਜੀ, ਖੁੱਲ੍ਹਾ ਅਖਾੜਾ, ਲੇਟ ਨਾਈਟ ਜਿੰਨੀ ਦੇਰ ਤੱਕ ਚੱਲੂਗਾ ਕੋਈ ਪੰਗਾ ਨਹੀਂ ਹੈ। ਅਤੇ ਸਾਰਿਆਂ ਨੇ ਹੁੰਮ ਹੁੰਮ ਆ ਕੇ ਪਹੁੰਚਣਾ ਜੀ, ਪਹੁੰਚੋ ਉੱਥੇ। ਅਤੇ ਤੂੰ ਕੀ ਕਹਿਣਾ ਚਾਹੁੰਦਾ ਜੀ ਬੋਲੀ? ਆਪਾਂ ਕਹਿੰਦੇ ਸੀ ਵੀ ਸਾਰਿਆਂ ਤੋਂ ਸੋਹਣਾ ਇਹ ਪਿੰਡ, ਸੋਹਣੀਏ ਨੀ ਇਹਨੂੰ ਕੂਮ ਕਲਾ ਕਹਿੰਦੇ, ਹੋ ਇਹਨੂੰ ਕੂਮ ਕਲਾ ਕਹਿੰਦੇ। ਆਓ ਜੀ, ਸੋ ਕੂਮ ਕਲਾ ਇਕੱਠੇ ਹੋ ਜਾਓ ਜੀ, ਤੇ ਬਾਕੀ ਸਾਰਾ ਕੁਛ ਆਲ ਵੈਲ ਹੈ ਜੀ। ਥੱਲੇ ਬਾਈ ਉਹਨਾਂ ਦੇ ਮੈਸੇਜ ਮੁਸੇਜ ਆ ਰਹੇ ਨੇ, ਲਵ ਯੂ ਵੀ ਪੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੇ ਬਾਈ ਸਾਰਾ ਕੁਛ ਓਕੇ ਰਿਪੋਰਟ।